ਗੋਆ ਨਹੀਂ ਭਾਣ ਭਾਣ ਚੱਕ ਲੈ ਭਾਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮਿੱਤਰੋ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਹਰਮਨ ਖੂਸਾ ਵਿੱਚ। ਅੱਜ ਬਹੁਤ ਹੀ ਮਹਿਮਾਨ ਸ਼ਖਸੀਅਤ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਸਨੋਵਰ ਬਾਲ। ਬਹੁਤ 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 ਧੰਨਵਾਦ ਕੀਤਾ ਜਾਂਦਾ ਇਹਨਾਂ ਦੇ ਸਾਡੇ ਗ੍ਰਹਿ ਤੇ ਪਹੁੰਚਣ ਦਾ। ਆਪਦੇ ਸ਼ਬ ਚਰਨ ਤੁਸੀਂ ਸਾਡੇ ਘਰੇ ਪਾਏ, ਵਾਲੇ ਮਾੜੇ ਚੱਲਦਾ ਨੁਕਸਾਨ ਹੋਇਆ ਜਿੱਧਰ ਜਾਏ। ਇਹ ਪਤੰਦਰ ਘੁੰਮਦੇ ਨੇ, ਕਿੱਥੋਂ ਆਏ ਹੁਣ ਲੇਹ ਤੋਂ? ਆਪਾਂ ਬਹੁਤ ਕਿਤੇ ਜਾ ਆਏ, ਲੇਹ ਲਦਾਖ ਜਾ ਕੇ ਆਏ, ਆਪਾਂ ਸਪੀਤੀ ਵੈਲੀ ਜਾ ਗਏ, ਆਪਾਂ ਕਾਜਾ ਜਾ ਕੇ, ਆਪਾਂ ਜੰਮੂ ਕਸ਼ਮੀਰ, ਸ਼੍ਰੀਨਗਰ, ਸਾਰੇ ਕਿਤੇ ਜਾ ਆਏ। ਮੁੱਕ ਦੀ ਗੱਲ ਆ, ਆਲ ਰਾਊਂਡ ਹਿਮਾਚਲ ਪ੍ਰਦੇਸ਼ ਘੁੰਮ ਆਏ ਕਹਿੰਦੀ ਗੱਲ ਆ। ਹਿਮਾਚਲ ਘੁੰਮ ਕੇ ਖਰਚਾ ਆਪਣਾ ਤਾਂ ਮੇਰਾ ਕੌਣ ਹੀ ਇਹਦਾ ਖਰਚਾ, ਕਿਸੇ ਨਾਲ ਗਿਆ ਪਿਛਲੇ ਵਲੌਗ ਚ ਘਰਦਿਆਂ ਨੇ ਸਨੋਵਰਾ ਮੇਰੇ ਨਾਲ ਪ੍ਰੈਂਕ ਕਰ ਗਏ ਨਾ, ਵਿਆਹ ਦਾ ਕਹਿ ਕੇ ਮੈਨੂੰ। ਸੋ ਅਸੀਂ ਹੁਣ ਅੱਕ ਚੱਬ ਕੇ ਘਰ ਦੇ ਪਿਛਲਾ ਵਲੌਗ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਮੈਨੂੰ ਕਹਿੰਦੇ ਕਿ ਤੇਰੇ ਵਾਸਤੇ ਕੁੜੀ ਵੇਖ ਲਈ ਆ। ਕੁੜੀ ਦਾ ਕਹਿ ਕਹੂ ਕੇ ਮੈਂ ਤਿਆਰ ਤੁਰ ਹੋ ਗਏ ਜਦੋਂ ਆਇਆ ਤਾਂ ਮੈਨੂੰ ਮੱਝ ਕੋਲੇ ਲਿਜਾ ਕੇ ਖੜਾ ਦਾ। ਮੁੱਕ ਦੀ ਗੱਲ ਹੈ, ਕਹਿੰਦੇ ਕਹਿੰਦੇ ਤੇਰੇ ਲਈ ਕੁੜੀ ਆਹ ਲੱਭੀ, ਕਹਿੰਦੇ ਤੇਰੇ ਵੀ ਡੰਗਰਾਂ ਵਾਲੇ ਲੱਛਣ ਆ ਤੇ ਇਹ ਕੁੜੀ ਲੱਭੀ, ਤੇ ਹੁਣ ਅਸੀਂ ਵੀ ਉਹਨਾਂ ਨਾਲ ਪ੍ਰੈਂਕ ਕਰਨਾ। ਅੱਕ ਚੱਪ ਲੈ ਫੈਸਲਾ ਲੈ ਲਿਆ ਅਸੀਂ, ਤੇ ਸੋ ਅਸੀਂ ਵੀ ਕੁੜੀ ਲੱਭ ਚੁੱਕੇ ਆ। ਕੁੜੀ ਲੱਭ ਕੁੜੀ ਤੁਹਾਨੂੰ ਵਿਖਾਉਨੇ ਕਿਹੜੀ ਕੁੜੀ ਆ, ਸੋਹਣੀ ਸੁਨੱਖੀ ਕੁੜੀ ਆ, 6 ਫੁੱਟ ਕੱਦ ਵਧੀਆ। ਮਾਰਦੀ ਬੜਾ ਲੜਦੀ। ਹੁਣ ਆਪਾਂ ਮਿੱਤਰ ਤੁਹਾਨੂੰ ਮੁੱਕ ਦੀ ਗੱਲ ਦੱਸ ਦੇ ਕੀ ਕਰਨ ਫੁਲਕਾਰੀ ਫੁਲਕੂਰੀ ਲਾ ਕੇ ਫਲਾਂ ਦੀ ਟੋਕਰੀ ਮਿਲਦੀ, ਲੈ ਜਾਂਗੇ ਨਹੀਂ ਤਾਂ ਫਿਰ ਐ ਲੈ ਜਾਂਗੇ ਸੁੱਕੀ। ਫਿਰ ਉਹ ਕਹਿੰਦੇ ਸੀ ਨਾ ਕਿ ਜਿਵੇਂ ਤੇਰੇ ਵਾਸਤੇ ਘਰ ਆ, ਹੁਣ ਆਪਾਂ ਇਹਨੂੰ ਸੱਚੀ ਆਪਦੇ ਕਮਰੇ ਚ ਲੈ ਜਾਣਾ, ਅੰਦਰ ਲੈ ਜਾਣਾ ਉਹਨਾਂ ਨੇ ਏਸੀ ਵਾਲੇ ਕਮਰੇ ਚ ਠੰਡੀ ਹਵਾ। ਮੈਂ ਤਾਂ ਆਪਣੀ ਕੋਈ ਗਲਤੀ ਨੀ, ਇਹ ਤਾਂ ਉਹਨਾਂ ਨੇ ਕਿਹਾ ਵਾ, ਸਿੱਧੀ ਗੱਲ ਆ, ਹੁਣ ਆਪਾਂ ਉਹਨਾਂ ਦੀ ਆਪਾਂ ਪੂਰੀ ਕਰਨ ਲੱਗੇ ਗੱਲ। ਤੇ ਆਪਾਂ ਘਰਦਿਆਂ ਦੇ ਰਿਐਕਸ਼ਨ ਵੇਖਾਂਗੇ ਕੀ ਹੁੰਦੇ ਜਦੋਂ ਆਪਾਂ ਕਮਰੇ ਚ ਲੈ ਗਏ। ਬਾਕੀ ਆਪਣਾ ਫਰਜ਼ ਵੀ ਕਰਦੇ ਨੇ ਗੱਲ ਪੂਰੀ ਕਰਨ ਦਾ, ਆਪਾਂ ਹਮੇਸ਼ਾ ਉਹੀ ਕਰਦੇ ਆਏ ਆ, ਹੁਣ ਵੀ ਆਪਾਂ ਉਹੀ ਕਰਨ ਲੱਗੇ। ਆਪਣੀ ਸਨੋਵਰਾ ਮੱਝਦੇ ਆਪਾਂ ਪੂਰੀ ਫੁਲਕਾਰੀ ਲੈ ਉਹ ਕੁੜੀ ਦੇ ਭਰਜਾਈ ਆ ਲੱਭੀ ਆ ਮੇਰੀ, ਆਪਾਂ ਨਾ ਘਰ ਦੇ ਉਰੇ ਬੈਠੇ ਆਪਾਂ ਪਰਾਂ ਦੀ ਲੈ ਕੇ ਜਾਵਾਂਗੇ ਅੰਦਰ, ਜਦੋਂ ਮੱਝ ਨੂੰ ਅੰਦਰ ਲੈ ਜਾਊਂਗਾ ਉਦੋਂ ਸਨੋਵਰ ਹੋਣੀ ਮੰਮੀ, ਸਨੋਵਰ ਮੰਮੀ ਨੂੰ ਆ ਕੇ ਦੱਸ ਦੂੰਗਾ ਕਿ ਆਪਣੀ ਮੱਝ ਕਿੱਧਰ ਗਈ। ਸੋ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਕੀ ਕਹਿੰਦੇ ਆ, ਕੀ ਕਰਦੇ ਤੇ ਕੀ ਨਹੀਂ ਕਰਦੇ। ਜਿਹੜੇ ਰਸਤਾ ਨਜ਼ਾਰੇ ਆਉਣੇ, ਮੈਂ ਨਜ਼ਾਰੇ ਆਉਣੇ ਨਜ਼ਾਰੇ ਬੰਨ ਲਾਂਗੇ ਬਾਬਿਓ, ਚੱਲੀਏ ਫਿਰ ਮੈਂ ਜਾਂ ਜੀ ਫਿਰ ਗਾਲਾਂ ਬਣੀਆਂ ਕਹਿੰਦੀ ਚਾਦਰ ਪਾ ਲਈ ਥੋੜੀ ਤਾਂ ਮੜੀ ਨਜ਼ਾਰਾ ਅਕਸਰ ਕਦੇ ਜਾਣੀ ਆ ਦੂਰੀ ਵਾਰੀ। ਸਤਿ ਸ੍ਰੀ ਅਕਾਲ,
ਰਾਤ ਵੇ ਕੀ ਕਰ ਰਸ ਰਾਤ ਚੰਗਾ ਸੌ ਗਿਆ ਮੈਂ ਇਹਨੂੰ ਪਹਿਲਾਂ ਪੁੱਛਿਆ ਲੱਤਾਂ ਲੁੱਤਾਂ ਨਹੀਂ ਮਾਰਦਾ ਕੀ ਆਦਤ ਹੁੰਦੀ ਹੈ ਨਾ ਨਹੀਂ ਮੈਂ ਵਧੀਆ ਸੁਣਦਾ ਦੋ ਢਾਈ ਵਜੇ ਨੇ ਫੋਨ ਵੇਖਿਆ ਜਦੋਂ ਏਡੀ ਲੰਮੀ ਲੱਤ ਮਾਰੀ ਸਿੱਧੀ ਉੱਪਰ ਰੱਖ ਕੇ ਚੱਲ ਕੋਈ ਯਾਰ ਮੰਮੀ ਨੂੰ ਬੜਾ ਕਹੀਦਾ ਕਿ ਆਪਾਂ ਪੋਚੇ ਵਾਲੀ ਰੱਖ ਲੈਣੇ ਕੰਮ ਵਾਲਾ ਨਾ ਮੰਮੀ ਕਹਿੰਦੇ ਨਾ ਮੈਂ ਆਪ ਹੀ ਕਰਨਾ ਸਨੋਗਰਾ ਫੁਲਕਾਰੀ ਲੱਭ ਗਈ ਫੁਲਕਾਰੀ ਫੁੱਲਾਂ ਆ ਚਾਦਰ ਹੀ ਲਾ ਲਈ ਆਪਾਂ ਬੈਡ ਦੀ ਹੋਰ ਤੇ ਕੋਈ ਲੱਭਿਆ ਨੀ ਘਰ ਦੇ ਉਧਰ ਬੈਠੇ ਆ ਅਸੀਂ ਉਧਰ ਦੇ ਕਮਰੇ ਤਾਣੀ ਲੈ ਕੇ ਜਾਣੇ ਸੀ ਉਧਰ ਸੌਖਾ ਸੀ ਸਾਨੂੰ ਪਰ ਉਧਰ ਘਰ ਦੇ ਬੈਠੇ ਹੁਣ ਸਾਨੂੰ ਇਧਰ ਦੀ ਇਧਰੋਂ ਸਿੱਧਾ ਲੈ ਕੇ ਆਉਣੀ ਪੈਣੀ ਇਧਰ ਦੀ ਚੱਲ ਮਾਇਆ ਬਰਤਾਲਾ ਜਿਹੜਾ ਪੱਲਾ ਖਰਾਬ ਆ ਫੜਿਆਣਾ ਜੀ ਕਿਤੇ ਪਹਿਲਾਂ ਹੀ ਜਾਂਦਾ ਵੇ ਕਿਵੇਂ ਸ਼ੁਕਰ ਆ ਮੱਝ ਨੂੰ ਹੱਥ ਲਾਉਣ ਲੱਗਿਆ ਵੀ ਮੱਝ ਨਾ ਭੱਜ ਲੈ ਕੇ ਤੈਨੂੰ ਕਿਤੇ ਵੇਂਦੀ ਆ ਵੀ ਲੈ ਨਹੀਂ ਜੋੜੀ ਫੱਬ ਗਈ ਵੈਸੇ ਯਾਰ ਮੈਨੂੰ ਤਾਂ ਜੋੜੀ ਵਧੀਆ ਲੱਗੀ ਆ ਤੁਹਾਨੂੰ ਦੱਸੋ ਜੋੜੀ ਕਿਵੇਂ ਲੱਗੀ ਇਹਦੀ ਵਾਓ ਜੋੜੀ ਸੋਹਣੀ ਵੈਸੇ ਵੇ ਉਹ ਬੈਂਡ ਵੱਜ ਵਾਲੇ ਸੱਦੇ ਨੀ ਉਹ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਤਿਆਰ ਨੂੰ ਇਹਦੇ ਸੁਰਖੀ ਬਿੰਦੀ ਲਾਉਣੀ ਆ ਲਓ ਮਿੱਤਰੋ ਹਰਮਨ ਦੀ ਘਰ ਵਾਲੀ ਤਿਆਰ ਕਰਨ ਲੱਗੇ ਹਨ ਅੰਦਰ ਹੀ ਲੈ ਸਕਦੀ ਅੰਦਰ ਹੀ ਇਹ ਵੀ ਕਹਿੰਦੀ ਕਿਹੜੇ ਗੱਦੀ ਗੇਟ ਪਾਇਆ ਮੈਨੂੰ ਚੰਗੀ ਹੋਵੇ ਫੋਸ ਕਰਦੇ ਫੋਸ ਪਿੱਛੇ ਕਿਤੇ ਨੇ ਪੰਨ ਮੁੰਨਾ ਤਾਂ ਅੰਦਰ ਕੁਝ ਕਿਤੇ ਹੋਏ ਮੈਨੂੰ ਬਾਹਲੀ ਸੋਹਣੀ ਲੱਗੇ ਜੋੜੀ ਤੁਹਾਡੀ ਹਾਏ ਅੰਦਰ ਚੱਲ ਲੈ ਕੇ ਜਾ ਤੂੰ ਮੇਰੇ ਗਾਲਾਂ ਨੂੰ ਮੈਨੂੰ ਇਹ ਪੱਥਰ ਪੁੱਥਰ ਨਾ ਟੁੱਟ ਜੇ ਕਿਤੇ ਗਾਲਾਂ ਜ਼ਿਆਦੀਆਂ ਪੈਣੀਆਂ ਜੇ ਗੋਵਾ ਕਰਦਾ ਕਹਿੰਦੇ ਭਾਣ ਡਿੱਗੀ ਭਾਣ ਉਹ ਰਹਿਣ ਦੇ ਤੇਲ ਚੱਲਣ ਦਿਆ ਹੀ ਤੇ ਤੇਲ ਚੋਵਾ ਮੈਂ ਤੇਲ ਚੋ ਲਈਏ ਮੈਂ ਕਹਿੰਦਾ ਮਰ ਜਾਣੀ ਨਹਾ ਕੇ ਵੀ ਨੀ ਆਈ ਵੇਖੀ ਤੈਨੂੰ ਵਿਆਹ ਚਾਹ ਹੀ ਨੀ ਪੂਰਾ ਵੀ ਨਹਾ ਕੇ ਤਾਂ ਆ ਜਾਂਦੀ ਕੁੜੀ ਸਾਰੀ ਜ਼ਿੰਦਗੀ ਲੱਭਣੀ
ਨਾ ਆਇਆ ਮੇਰੇ ਵਿਚੋਲਾ ਲੱਭਣਾ ਨਾ ਵਿਚੋਲਾ ਲੱਭਣਾ ਨਖਾਪੜੇ ਕਿਉਂ ਜੇ ਕੰਜਰ ਕਾਬੂ ਕਰਦਾ ਇਹ ਬੇਬੇ ਆ ਕੋ ਸੋਨਾ ਆਪਾਂ ਕੋਈ ਨਹੀਂ ਪਾਉਣਾ ਸੋਨਾ ਪਹਿਲਾਂ ਹੀ ਕਰਨੇ ਚਾਹੀਦਾ ਤੇ ਕੋਈ ਗੱਲ ਨਹੀਂ ਇੰਨਾ ਸੋਨਾ ਸਾਰੀ ਜ਼ਿੰਦਗੀ ਨਹੀਂ ਵੇਖਾਂਗੇ ਤੈਨੂੰ ਪਿਆ ਹੋਇਆ ਤੇ ਇਹ ਕੰਜਰ ਕਿੱਥੇ ਦੱਸਦਾ ਫਾਓ ਦਵਾ ਹੋ ਚੱਲ ਮਾਰ ਮੈਂ ਆਪੋ ਤੇ ਕੰਮ ਕਰੀਏ ਨੀ ਛੇ ਛੇ ਤੇ ਇੰਨੇ ਪਰੌਣੇ ਆਇਆ ਘਰੇ ਤੇ ਵੇ ਕੰਮ ਵਧਾ ਇੱਧਰ ਵੇਖੋ ਫੁਲਕਾਰੀ ਕਿੱਡੀ ਸੋਹਣੀ ਚਾਦਰ ਵੀ ਧੋਣ ਵਾਲੀ ਕਰਤੀ ਪਾਣੀ ਤੈਨੂੰ ਨਹੀਂ ਨਹੀਂ ਵਿਆਹ ਨਹੀਂ ਕੰਮ ਕਰ ਕੇ ਦਾਲ ਪਾਉਂਦਾ ਖੜੇ ਨਹੀਂ ਵਿਆਹ ਨਹੀਂ ਰਾਜੀ ਨਹੀਂ 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 ਅਸੀਂ ਕੋਈ ਰਾਜੀ ਨਹੀਂ ਆਪੇ ਕਹਿੰਦੇ ਕੁੜੀ ਲੱਭੇ ਹੁਣ ਮੈਂ ਕੁੜੀ ਨੂੰ ਕਮਰੇ 'ਚ ਲੈ ਕੇ ਹੁਣ ਕਹਿੰਦੇ ਸਾਡੇ ਕੋਲ ਨਹੀਂ 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 ਕੁੜੀ ਅਸੀਂ ਵੜਨੇ ਨਹੀਂ ਜੇ ਇੱਥੇ ਕੁੜੀ ਲੱਭਣੀ ਤੁਹਾਨੂੰ ਕਿਹਦੇ ਸੋਹਣੀ ਸੁਣਾਖੀ ਅੱਛਾ ਨਾ ਰੱਖਣਾ ਤੇ ਨਹੀਂ ਵਿਆਹਣਾਗਾ ਚੱਲੇ ਜਾਂ ਚੱਲੇ ਜਾਂ ਜਿੱਥੇ ਜਾਂਦੀ ਉੱਥੇ ਛੱਡ ਕੇ ਔਰ ਇੰਦੀ ਜਾਂਦੇ ਤਾਂ ਹੀ ਪਸੂ ਮੈਂ ਕਿ ਪਤਾ ਨਹੀਂ ਕਾਹਦਾ ਰਿੰਦੀ ਜਾਂਦੇ ਉਹ ਬਾਤ ਨਹੀਂ ਪਸੂ ਨਹੀਂ ਕਹਿਣਾ ਕੁੜੀ ਐਂਟੀ ਸੋਹਣੀ ਤਾਂ ਕਿ ਉਹ ਬਟਪਰੀ ਹੋਏ ਮੇਰੀ ਮੰਮੀ ਜਿਹੜੀ ਬਰਾਤੀ ਆਏ ਨਾਲ ਆਏ ਆ ਬਰਾਤੀ ਹੈ ਕੰਨ ਕਰ ਕੇ ਤੇ ਚੱਲ ਹੋਰ ਉਸ ਕੇ ਭੱਜ ਗਏ ਤੇ ਨਾਲ ਦੇ ਕਹਿੰਦੇ ਖਾਣ ਪੀਣ ਦਾ ਕੋਈ ਅਰੇਂਜਮੈਂਟ ਕੀਤਾ ਹੀ ਨਹੀਂ ਚੱਲ ਚੱਲ ਮੋਰੇ ਖੜੇ ਹੁੰਦੇ ਚੱਲ ਬਾਤ ਨਹੀਂ ਕਰ ਜਾਂ ਖਾਓ ਤੂੰ ਤੋੜ ਚੈੱਕ ਕਰਾਉਣੇ ਚੱਲ ਤੋੜ ਚੈੱਕ ਤੋੜ ਚੈੱਕ ਕਰਾ ਅਰਮਣਾ ਮਾਜ ਨੇ ਦਰਪ ਜਾਣਾ ਮੈਂ ਤੂੰ ਛਿੱਤਰ ਖਾ ਲੈਣੇ ਵੇਰ ਨਾ ਕਈ ਦੱਸਿਆ ਤੋੜ ਹੀ ਕਰੇਗਾ ਤੋੜ ਚੈੱਕ ਕਰ ਬਾਤ ਨਹੀਂ ਕਰ ਖਾ ਖਾ ਦੇਖੋ ਤੋੜ ਵੇ ਤੋੜ ਮੋਕ ਮਾਰਦੀ ਉਹ ਬੋਲ ਨਹੀਂ ਭਾਣ ਭਾਣ ਚੱਕ ਲੈ ਭਾਣ ਮੱਚ ਪੇੜ ਮੈਂ ਮੋਕ ਮਾਰਦੀ ਜੇ ਮਾਜੀ ਤੋਂ ਨਿਕਲਣਾ ਨਹੀਂ ਗੋਆ ਗੋਆ ਉਹ ਗੋਆ ਨਹੀਂ ਮੇਰੇ ਗੋਆ ਨਹੀਂ ਕਹਿਣਾ ਉਹ ਵਿਚਾਰੀ ਪਤਾ ਕਿੱਡੀ ਸਿਆਣੀ ਆ ਬਾਹਰ ਚੱਲ ਸ਼ਾਹ ਵੇਲੇ ਲਾਲਾ ਛੱਡ ਛੱਡ ਕੇ ਕੀ ਕਰੇਗਾ ਉਹ ਲਾਲਾ ਦੀਦੀ ਆ ਗੁਲਾਬ ਜਾਮਣਾ ਖਾਧੀਆਂ ਉਹ ਇਹਦਾ ਰਾਸ ਭੈਗ ਰਿਹਾ ਮੂੰਹ ਮਿੱਠਾ ਕਰਾਇਆ ਤੁਹਾਡੀ ਮੜਕ ਦੇ ਨਾਲ ਦਿੱਤੀ ਚੂੰ ਚੂੰ ਕਰਦੀ ਤੁਹਾਡੀ ਸਾਰੇ ਪਿੰਡ ਚ ਬਣੀਆਂ ਨੇ ਕੁੜੀ ਲਿਆ ਕੇ ਕੁੜੀ ਭਜਾ ਦੀ ਘਰੋਂ ਭਾਬੀ ਚੱਲ ਭਾਬੀ ਤੋਰ ਭਾਬੀ ਚੱਲ ਜਾਂਦੀ ਚਾਦਰ ਲਾ ਸਾਡੀ ਕੁੜੀ ਭੱਜ ਗਈ ਕੁੜੀ ਭੱਜ ਗਈ ਸਾਡੇ ਕੁੜੀ ਭੱਜ ਗਈ ਉਹ ਕਹਿੰਦੇ ਮੈਨੂੰ ਨੀ ਰਿਸ਼ਤਾ ਮਨਜ਼ੂਰ ਤੇਰੇ ਘਰ ਦੇ ਗਾਲਾਂ ਬਹੁਤ ਕੱਢਦੇ ਆ ਪਰ ਜੇ ਤੈਨੂੰ ਘਰੇ ਰਹਿਣੇ ਪੈਣਾ ਗਾਲਾਂ ਸਾਡੀ ਨਹੀਂ ਸੀ ਆ ਸਾਡਾ ਢੱਡ ਦਾ ਇਹ ਪਿਆਰ ਆ ਇਹ ਚੱਲ ਆ ਪਿਆਰ ਆਪਣੇ ਇੱਧੇ ਰਹਿਣਾ ਮੇਰੀ ਤੈਨੂੰ ਉਹੀ ਅਸੀਂ ਤਾਰਾ ਪੀੜ ਲਿਆ ਕੇ ਹੋਣੀ ਮੇਰੀ ਗੱਲ ਸੁਣ ਕੋਟ ਮੈਰੀ ਕਰਾ ਦੇ ਘਰੇ ਲੈ ਆ ਮੈਰੀ ਯਾਰ ਕੋਟ ਮੈਰੀ ਹੋਈ ਭੱਜ ਲੈ ਨਹੀਂ ਕਰਦੇ ਸਾਡੇ ਨਾਲ ਪ੍ਰੈਂਕ ਕਰਦੇ ਅੱਜ ਅਸੀਂ ਉਹਨਾਂ ਨਾਲ ਪ੍ਰੈਂਕ ਕਰ ਲੈ ਕੋਸ ਨੂੰ ਬਾਬਾ ਅੰਦਰ ਗੋਆ ਨਹੀਂ ਕਰਦੇ ਮੈਂ ਕਹਿੰਦਾ ਭਾਣਾ ਚੱਕਲੋ ਚੱਕਲੋ ਭੱਜ ਕੇ ਭਾਈ ਮੋਕਰੀ ਗੱਲ ਲਵ ਮੈਰਿਜ ਸੀ ਉਹ ਨਹੀਂ ਕਰਦੇ ਮੰਨੇ ਕੀ ਕਰੀ ਹੁਣ ਅਰੇਂਜ ਮੈਰਿਜ ਮੰਨ ਜਾਣਗੇ ਅਰੇਂਜ ਮੈਰਿਜ ਕਿੱਥੋਂ ਕੁੜੀ ਸਾਨੂੰ ਕਿੰਨੇ ਦੇਣੀ ਮਾਂ ਕੁੜੀ ਲੱਭੀ ਡੀ ਸੋਹਣੀ ਸੁਣੱਖੀ ਭਾਬੀ ਸਵੇਰ ਦੀ ਭੁੱਖੀ ਹੈ ਭਾਬੀ ਨੂੰ ਖਵਾ ਦਈ ਭਾਬੀ ਵੀ ਚੱਕਾ ਦਾ ਗੁੱਸਾ ਕਰਦਾ ਨੀ ਕੋਈ ਉਸ ਦਿਨ ਪਸੰਦ ਤੇ ਆ ਕਰਾਈ ਸੀ ਘਰ ਨੇ ਇਹ ਪਰ ਭੈੜੀ ਬੜੀ ਹੈ ਲੈ ਭਰੇ ਖਾ ਰਸ ਬੁੱਲੇ ਮੂੰਹ ਮਿੱਠਾ ਕਰ ਨਾਨੇ ਰਿਸ਼ਤਾ ਮੋੜਤਾ ਇਹਨਾਂ ਨੇ ਰਿਸ਼ਤਾ ਮੋੜਦਾ ਮੇਰੀ ਮਹਿਬੂਬਾ ਪਾਇਆ ਨਾ ਉਵੇਂ ਸਾਫ਼ ਕਰੋ ਹੁਣ ਮੈਂ ਪੋਚਾ ਲਾ
ਗੰਦ ਕੁੜੀ ਨੂੰ ਸਾਫ਼ ਕਰਨ ਦੀ ਹੈ। ਇੱਕ ਜਣਾ ਝਾੜੂ ਫੜ ਲਓ, ਇੱਕ ਜਣਾ ਪੋਚਾ ਲੈ ਫੜ ਲਓ ਤੇ ਸਾਰਾ ਇੱਥੋਂ ਵਿਹੜਾ ਜਿੱਥੇ ਜਿੱਥੋਂ ਗੰਦ ਪਾਇਆ ਸਾਰੇ ਸਾਫ਼ ਕਰੋ। ਭਲਾਈ ਦਾ ਜਮਾਨਾ ਠੀਕ ਹੈ ਨਾ, ਭਲਾਈ ਭਲੂਈ ਕੋਈ ਪ੍ਰਾਹਣਾ ਆਇਆ ਅਗਲਾ ਆਪਣੇ ਕੋਲ ਇਹਨਾਂ ਤੋਂ ਜਰਿਆ ਨੀ ਗੋਹਾ ਲੱਗਾ ਹਲੇ ਸ਼ੁਕਰ ਗਿਆ ਉਹਨੇ ਗੋਹਾ ਸੱਚੀ ਨੀ ਕਰਦਾ, ਉਹਦੇ ਦਾਗ ਜਾਣੇ ਮੁਸ਼ਕ ਮਾਰੀ ਜਾਣਾ ਸੀ ਅੰਦਰ ਸਲੋਰ ਚਮਕਾ ਨਹੀਂ ਮੈਂ ਚਮਕਾ ਦੇਣ ਵੇਖੀ ਨਹੀਂ ਚਮਕਾ ਦੇਣਾ ਆਪਾਂ ਚੰਗਾ ਸਨੋਵਰ ਦੇ ਫਰਸ਼ ਸਨੋਵਰ ਤੇ ਮੂੰਹ ਮਾਰ ਕੇ ਕਰਦੇ ਪੋਚਾ ਲਾਉਣਾ ਯੋਗਾ ਐਕਸਰਸਾਈਜ਼ ਨਹੀਂ ਕਰਨੀ ਚੰਗਾ ਹੋਇਆ ਘਰਦਿਆਂ ਨੇ ਜਵਾਬ ਦੇ ਤਾ ਚੰਗੀ ਤਰ੍ਹਾਂ ਨਹਾਉਂਦੀ ਵੀ ਨੀ ਗੀ ਗੋਡੇ ਗੋਡੇ ਮਿੱਟੀ ਨਿਕਲੀ ਗੰਦ ਬੜਾ ਪਾਉਂਦੀ ਯਾਰ ਹਨਾ ਸੱਚੀ ਜੇ ਕੁੜੀ ਐਵੇਂ ਨੀ ਮਿਲ ਗਈ ਤੈਨੂੰ ਉਹ ਭਰਾਵਾ ਚੁੱਪ ਚੁੱਪ ਮਿੱਤਰ ਤੁਸੀਂ ਦੱਸੋ ਵਲੌਗ ਸੱਚੀ ਦੱਸੋ ਵਲੌਗ ਕਿਵੇਂ ਲੱਗਾ ਜਰੂਰ ਦੱਸੋ ਕਿੱਦਾਂ ਲੱਗਾ ਜੇ ਤੁਸੀਂ ਹੋਰ ਵੀ ਚਾਹੁੰਦੇ ਹੋ ਐਵੇਂ ਦੇ ਵਲੌਗ ਆਇਆ ਕਰਨ ਜਾਂ ਨਾ ਆਇਆ ਕਰਨ ਦੱਸ ਦਿਓ ਕਿ ਵੀਰੇ ਆ ਜਿਹੜਾ ਪ੍ਰੈਂਕ ਕਰਿਆ ਆਪਾਂ ਉਹੀ ਕਰਦਾ ਇਹ ਅਸੀਂ ਤਾਂ ਬਣਾਇਆ ਸੀ ਬਣਾਉਣਾ ਨਹੀਂ ਘਰਦਿਆਂ ਨੇ ਮੇਰੇ ਨਾਲ ਜਾ ਕੇ ਮੱਝ ਕੋਲੇ ਸਨੋਰ ਮੈਨਾਂ ਕੋਲ ਸੋਚ ਲਿਆ ਮੈਂ ਤੈਨੂੰ ਉਹ ਦਿਨ ਫੋਨ ਵੀ ਕਰਦਾ ਸਨੋਰ ਅੱਜ ਰਿਸ਼ਤਾ ਜੇ ਪੱਕਾ ਹੋ ਗਿਆ ਪਪਾ ਮੈਂ ਖਾਸ ਕਰਕੇ ਸਨੋਵਰ ਨੂੰ ਫੋਨ ਕੀਤਾ ਮੈਂ ਜੇ ਰਿਸ਼ਤਾ ਪੱਕਾ ਹੋ ਗਿਆ ਆਪਾਂ ਪਾਰਟੀ ਕਰਾਂਗੇ ਕਹਿੰਦਾ ਠੀਕ ਮੈਂ ਬਾਜਾ ਵਲੌਗ ਵੇਖ ਮੱਝ ਨਿਕਲੀ ਹੁਣ ਮੇਰੇ ਤੇ ਵੀ ਦਿਲ ਤੇ ਬੀਤ ਮੇਰੇ ਕੋਲੇ ਵੀ ਦਿਲ ਹੈਗਾ ਹੁਣ ਅਸੀਂ ਏਦਾਂ ਹੀ ਕਰਿਆ ਕਰਨਾ ਹੈ ਰੂੜੀ ਮਾਰ ਕਾ ਚੱਲੇ ਨੀ ਬੱਲੇ ਬੱਲੇ ਨਜ਼ਾਰੇ ਆ ਗਏ ਵੈਸੇ ਉਹ ਖੜੀ ਵਿੱਚ ਉਹ ਵੀ ਮਹਿੰਦੀ ਵੀ ਤੇਰੀ ਘਰ ਵਾਲੀ ਓ ਵਾਓ ਚਟਨੀ ਅੱਜ ਫੇਰ ਚਟਨੀ ਚਟਣੀ ਬਣਾਉਣੀ ਆ ਤੂੰ ਤਾਂ ਪੁੱਠੇ ਕੰਮਾਂ ਤੇ ਲੱਗ ਗਿਆ ਉੱਥੇ ਤਾਂ ਪੁੱਠੇ ਕੰਮਾਂ ਤੇ ਲੱਗ ਲੈਣਾ ਕੋਈ ਚੱਜ ਦਾ ਕੰਮ ਵੀ ਕਰ ਲਿਆ ਕਰ ਪੁੱਠੇ ਕੰਮ ਸ਼ੁਰੂ ਕਿਹਨੇ ਕੀਤੇ ਉਦੋਂ ਮੱਝਾਂ ਕੋਲੇ ਕਿਹੜਾ ਲਿਆ ਕੇ ਗਿਆ ਸੀ ਕਿ ਆਲੋ ਵੇਲ ਹਰਮਨ ਬਹੁਤ ਸੋਹਣੀ ਕੁੜੀ ਹੈ ਸਾਵਲੇ ਰੰਗ ਦੀ ਆ ਪੰਜ ਛੇ ਕਰਦੇ ਆ ਤੇ ਅੱਜ ਅੱਜ ਕੀ ਹੋ ਗਿਆ ਅੱਜ ਕੀ ਹੋ ਗਿਆ ਸਾਡੀ ਮਰਜ਼ੀ ਆਪਣੀ ਜਿਹੋ ਜਿਹਾ ਮਰਜ਼ੀ ਕਰਾਈ ਗਈ ਅਸੀਂ 5-6 ਫੁੱਟ 6 ਫੁੱਟ ਦੀ ਲੈਂਦੀ ਆ ਕੀ ਲੰਮੀ ਗੱਭਰੂ ਨੌਜਵਾਨ ਕੁੜੀ ਨਾਲ ਠੋ ਕੇ ਕਹਿੰਦੇ ਕਾਲੇ ਰੰਗ ਦੀ ਆ ਚੋਲਾ ਵਾ ਮੇਰੇ ਦੋਸਤਾਂ ਦੀ ਬੇਇੱਜ਼ਤੀ ਨੀ ਕਰਨੀ ਮੱਕੀ ਦਾ ਕੋਠੇ ਤੇ ਚੋਲਾ ਚੜਾ ਦਿਓ ਛੋਟੇ ਤੇ ਨਜ਼ਾਰਾ ਆ ਗਿਆ ਸਨੋਰ ਅੱਜ ਤੇ ਅੱਜ ਆਪਣਾ ਬਦਲਾ ਪੂਰਾ ਹੋ ਗਿਆ ਨਹੀਂ ਤੇ ਮੈਨੂੰ ਉਦਾਂ ਦਾ ਹੋ ਹੀ ਜਾਂਦਾ ਮੇਰੀ ਫੀਲਿੰਗ ਨਾ ਆਪਾਂ ਨੂੰ ਨਜ਼ਾਰਾ ਆ ਗਿਆ ਆਪਾਂ ਨੂੰ ਸ਼ਾਂਤੀ ਮਿਲ ਰਾਤੀ ਅਸੀਂ ਖਾਧੇ ਗੋਲ ਗੱਪੇ ਬੇਬੇ ਦਹੀਂ ਭੱਲੇ ਖਾਧੇ ਨਵੇਂ ਨਵੇਂ ਗੋਲ ਗੱਪੇ ਸਾਨੂੰ ਲੈ ਕੇ ਦਿੱਤੇ ਰਾਤ ਸੁੱਕੇ ਸੋਕ ਸੱਪੇ ਕਿਹੜੇ ਗੋਲ ਗੱਪੇ ਸੁੱਕੇ ਜਮਾ ਹੀ ਖਾਦੇ ਨਾ ਜਾਣ ਮੂੰਹ ਚ ਭੱਜੇ ਫਿਰ ਕਿਵੇਂ ਬਾਪੂ ਚੱਲ ਨਹੀਂ ਹਰੀਆਂ ਮਿਰਚਾਂ ਨਹੀਂ ਬਣਾਉਣੇ ਬਾਪੂ ਭਰਿੰਡ ਨੂੰ ਨਾ ਹੀ ਛੇੜਿਆ ਕਰ
ਦਾਲ ਸਬਜ਼ੀ ਬਣਾਈ ਆ ਸਰੋਵਰਾ ਵੇਲਾ ਬਾਅਦ ਚੋ ਮੰਮੀ ਨੂੰ ਲੋੜ ਪੈਣੀ ਸੀ ਰੋਟੀਆਂ ਪਕਾਉਣ ਦੀ ਰਾਜ ਕਰਿਆ ਕਰਨਾ ਸੀ ਰਾਜ ਤੇਰੀ ਮੂੰਗੀ ਮਸਰੀ ਨੇ ਸਾਡੀ ਸਿਹਤ ਡਾਉਣ ਜੀ ਕੀਤੀ ਵਾਓ ਚਲੀਏ ਬਾਰੀ ਬਰਸੀ ਘਟਣ ਗਿਆ ਸੀ ਖੜ ਕੇ ਲਿਆਂਤਾ ਬਤਾਉਂ ਨਹੀਂ ਬੈ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਟੱਲੀ ਖਰਾਬ ਹੋ ਗਈ ਸਾਡੀ ਤਾਂ ਟੱਲੀ ਕੀ ਮੂੰਹ ਦਿਖਾਈ ਦੀ ਰਸਮ ਕੀਤੀ ਜਾਵੇ ਪੇਠੇ ਪੇਠੇ ਦੇ ਨਾਲ ਹੋ ਗਿਆ ਮੂੰਗੀ ਮਸਰੀ ਮੂੰਗੀ ਮਸਰੀ ਸਨੋਵਰ ਜੀ ਕਿੱਦਾਂ ਲੱਗਾ ਤੁਹਾਨੂੰ ਖੇਤ ਆ ਕੇ ਸਕੂਨ ਹੀ ਇੱਥੇ ਆ ਹਨਾ ਯਾਰ ਵਾਕਿਆ ਸਾਰਾ ਇਹੀ ਸਵਰਗ ਆ ਯਾਰ ਹਾਂ ਪਿੱਛੇ ਆਏ ਸਾਰਾ ਦਿਨ ਠੰਡੀ ਠੰਡੀ ਹਵਾ ਮੈਂ ਇਹਨੂੰ ਦੱਸਿਆ ਮੈਂ ਕੱਲ ਆ ਜਿਹੜੀ ਪੈਲੀ ਮੈਂ ਵਾਹ ਕੇ ਕਹਿੰਦਾ ਤਾਂ ਹੀ ਲੈਣ ਆਈ ਆ ਬਣਾ ਤੈਨੂੰ ਲਾਉਂ ਕਹਿੰਦਾ ਪੈਲੀ ਓਏ ਗੁਗਲੂ ਕਿਵੇਂ ਇਹ ਇਹ ਸਾਰੇ ਨਾਲ ਕਿਊਟ ਆ ਭੋਲੂ ਕਾਕਾ ਜਾ ਕਿੱਡਾ ਸੋਹਣਾ ਉਹਦਾ ਯਾਰ ਦੀ ਮੰਮੀ ਤੇ ਗਿਆ ਜਾਵਾਂ ਓਏ ਆਏ ਬਾਲਾ ਕਿਊਟ ਆਏ ਨਿਕੂ ਜਾ ਸ਼ਾਦਾ ਸ਼ਾਕੇ ਜੀ ਲਵੀ ਓਕੇ ਸਨੋਵਰ ਜੀ ਓਕੇ ਸਨੋਵਰ ਜੀ ਹੈਵ ਅ ਸੇਫ ਜਰਨੀ ਚਲੋ ਮਿਲਦੇ ਆ ਆ ਕਿਹੜਾ ਤਰੀਕਾ ਲਓ ਇਸ ਨੋਵਰ ਨੂੰ ਪੈ ਗਿਆ ਜੇ ਕੋਈ ਜ਼ਰੂਰੀ ਕੰਮ ਤੇ ਹੁਣ ਜ਼ਰੂਰੀ ਕੰਮ ਕਾਹਦਾ ਵਾ ਖੇਤ ਹੀ ਹੋਇਆ ਕਰਦਾ ਕੰਮ ਹੋਰ ਕੰਮ ਕਾਹਦੇ ਪੈੜੇ ਇੱਥੇ ਝੋਨੇ ਲੱਕੇ ਤੂੰ ਐ ਢੋਈ ਰੱਖਣੀ ਐ ਗੰਦ ਕੱਢੀ ਜਿਹੜੇ ਝੋਨੇ ਜਿਹੇ ਆਏ ਹੁਣ ਹੋਰ ਚਲ ਆ ਇੱਕ ਮੱਗੇ ਆਇਆ ਪਤਾ ਕੀ ਆਇਆ ਬਈਆ ਚਲ ਠੀਕ ਆ ਫਿਰ ਕਦੇ ਨੇ ਮਿੱਟੀ ਚ ਲਿਬੜ ਜਾਣਾ ਫਿਰ ਮੈਂ ਚੁੰਨੀ ਨਾ ਝਾੜਨਾ ਝੋਲੀ ਚ ਬਾਬੇ ਨਿੱਕਾ ਹੁੰਦਾ ਮੈਂ ਬੜਾ ਕਿਊਟ ਜਿਹਾ ਹੁੰਦਾ ਬਹੁਤ ਸੋਹਣਾ ਤੇ ਨਾ ਰੋਣਾ ਨਾ ਕਰਨਾ ਭੈਣ ਜੀ ਇਹਨੇ ਜਮਾ ਹੀ ਉਹ ਤਾਂ ਰੋ ਕੇ ਤੈਨੂੰ ਦੇਖਿਆ ਹੀ ਨਹੀਂ ਜਾਣਦਾ ਹੀ ਨਹੀਂ ਜਮਾ ਹੀ ਨਹੀਂ ਬੱਚੇ ਵਾਂਗੂ ਰੋਇਆ ਪਤਾ ਨਹੀਂ ਗੋਲ ਗੋਲ ਜਿਹਾ ਸੀਗਾ ਪਤਾ ਨਹੀਂ ਲੱਗਦਾ ਸੀ ਬੱਚਾ ਹੈਗਾ ਘਰੇ ਇੰਨਾ ਛੋਟਾ ਸਾਰਾ ਨਹੀਂ ਇੰਨਾ ਸ਼ਰੀਫ ਹੁੰਦਾ ਹੈ ਮੈਂ ਸ਼ੁਰੂ ਤੋਂ ਇੰਨਾ ਬੱਬੇ ਸ਼ੁਰੂ ਤੋਂ ਇੰਨਾ ਸ਼ਰੀਫ ਆ ਮੈਂ ਝੋਲੀ ਚ ਪਾ ਲੈਣਾ ਇਹਨੇ ਚੁੱਪ ਕਰਕੇ ਮੇਰੇ ਕੋਲ ਮੈਂ ਕਿਸੇ ਦੇ ਘਰੇ ਵੀ ਲੈ ਜਾਣਾ ਇਹਨੇ ਜਮਾ ਨਾ ਹਿੱਲਣਾ ਰਮਾਨ ਨਾ ਮੇਰੇ ਕੋਲ ਚੱਕ ਕੇ ਜਵਾਕਾਂ ਨੂੰ ਮੈਂ ਨਾਲ ਲੈ ਜਾਣਾ ਚੱਕ ਕੇ ਚੱਕ ਕੇ ਲੈ ਜਾਣਾ ਤੇ ਕੋਲੇ ਬਾ ਲੈਣਾ ਤੇ ਮੈਨੂੰ ਆਖਣਾ ਇਦਾਂ ਜਦੋਂ ਤੁਸੀਂ ਸਿਫਤ ਕਰਦੇ ਨਾ ਇਦਾਂ ਸੁਣਨ ਦਾ ਬੜਾ ਨਜ਼ਾਰਾ ਆਉਂਦਾ ਮੈਨੂੰ ਉਹਨਾਂ ਨੇ ਆਖਣਾ ਤੇ ਭੈਣ ਜੀ ਰੋਂਦਾ ਨਹੀਂ ਕਹੋ ਤੇਰਾ ਪੋਤਾ ਰੋਂਦਾ ਨਹੀਂ ਮੈਂ ਨਾ ਭੈਣ ਮੇਰੇ ਪੋਤੇ ਨੂੰ ਕਦੇ ਨਜ਼ਰ ਨਾ ਲਾ ਦਿਆ ਜੇ ਤੁਸੀਂ ਹਾਂ ਓ ਵਾਓ ਵਾਓ ਬੇਬੇ ਕੀ ਆ ਗਿਆ ਮੈਂਗੋ ਜੂਸ ਆ ਗਿਆ ਮੈਂਗੋ ਜੂਸ ਆ ਗਿਆ ਬਹੁਤ ਸਿਆਣਾ ਹੁੰਦਾ ਸੀ ਮੈਂ ਛੋਟੇ ਹੁੰਦਾ ਜਿਵੇਂ ਹੁਣ ਸਿਆਣਾ ਮੰਮੀ ਜਿਵੇਂ ਮੈਂ ਹੁਣ ਸਿਆਣਾ ਉਵੇਂ ਨਿੱਕਾ ਹੁੰਦਾ ਸੀ ਹਨਾ ਮਿੱਤਰੋ ਆਸ ਕਰਦੇ ਕਿ ਤੁਹਾਨੂੰ ਅੱਜ ਵਾਲਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ
ਤੇ ਬੈਲ ਆਈਕਨ ਆਨ ਕਰ ਲਿਓ ਤਾਂ ਜੋ ਅਸੀਂ ਜਦੋਂ ਵੀ ਨਵਾਂ ਵਲੌਗ ਪਾਈਏ ਤੁਹਾਨੂੰ ਨਾਲ ਦੀ ਨਾਲ ਅਪਡੇਟ ਮਿਲਦੀ ਰਹੇ। ਹੋਰ ਵੀ ਬੜੇ ਸੋਹਣੇ ਸੋਹਣੇ ਵਲੌਗ ਆ ਰਹੇ ਆ। ਬੇਬੇ ਹੁਣਾਂ ਨੇ ਆਪਾਂ ਇਦਾਂ ਤੰਗ ਕਰਿਆ ਕਰ, ਇਹ ਮੈਨੂੰ ਤੰਗ ਕਰਦੇ, ਆਪਾਂ ਇਹਨਾਂ ਨੂੰ ਤੰਗ ਕਰਿਆ, ਸਾਨੂੰ ਤੰਗ ਕਰਿਆ ਕਰਨਾ ਨਾ, ਅਸੀਂ ਇਹਨੂੰ ਇੱਕ ਦਿਨ ਹੋਰ ਤੰਗ ਕਰਨਾ ਹੋਰ ਤਰ੍ਹਾਂ, ਜੇ ਕਾਨੂੰਨ ਨਾਲ ਹੀ ਕਰਾਂਗੇ। ਸੋ ਮਿੱਤਰੋ ਬੜੇ ਸੋਹਣੇ ਵਲੌਗ ਆ ਰਹੇ, ਜੇ ਵਲੌਗ ਵਧੀਆ ਲੱਗਦਾ ਹੁੰਦਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸਿਆ ਕਰੋ ਕਿ ਵੀਰੇ ਸਾਨੂੰ ਆਹ ਚੀਜ਼ ਨਹੀਂ ਵਧੀਆ ਲੱਗੀ, ਸੋ ਉਹ 'ਤੇ ਆਪਾਂ ਅੱਗੇ ਵਾਸਤੇ ਸੁਧਾਰ ਕਰਾਂਗੇ। ਸੋ ਖੁਸ਼ ਰਹੋ, ਮਾਲਕ ਸਭ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ। ਗੋਡ ਬਲੈਸ ਯੂ, ਥੈਂਕ ਯੂ ਜੀ, ਥੈਂਕ ਯੂ। ਗੁੱਡ ਨਾਈਟ, ਗੁੱਡ ਨਾਈਟ। ਉਹ ਗੁੱਸੇ ਹੋ ਗਿਆ ਅੱਜ ਬੈਠੀ ਆ, ਅੱਜ ਕਹਿੰਦੀ ਅੱਜ ਮੇਰੇ ਨਾਲ ਚੰਗੀ ਨਹੀਂ ਕੀਤੀ।